ਤਰਨ ਤਾਰਨ ਦੇ ਚੋਲਾ ਸਾਹਿਬ ਦੇ ਵਿੱਚ ਅੱਜ ਪੁਲਿਸ ਦੇ ਨਸ਼ਾ ਤਸਕਰਾਂ 'ਚ ਹੋਏ ਇਨਕਾਊਂਟਰ ਦੌਰਾਨ ਇੱਕ ਨਸ਼ਾ ਤਸਕਰ ਮਾਰਿਆ ਗਿਆ ਸੀ ਜਦਕਿ ਇੱਕ ਦੀ ਗ੍ਰਿਫਤਾਰੀ ਹੋਈ ਹੈ। ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਹੁਣ ਸਾਹਮਣੇ ਆਈ ਹੈ ਅਤੇ ਇਸ ਸਾਰੇ ਮਾਮਲੇ ਸੰਬੰਧੀ ਤਰਨ ਤਾਰਨ ਦੇ SSP ਗੁਰਮੀਤ ਸਿੰਘ ਚੌਹਾਨ ਨੇ ਹੁਣ ਹੋਰ ਜਾਣਕਾਰੀ ਦਿੱਤੀ ਹੈ। ਉਹਨਾਂ ਸਾਰਾ ਮਾਮਲਾ ਦੱਸਿਆ ਹੈ ਕਿ ਆਖਿਰਕਾਰ ਸਭ ਕੁਝ ਹੋਇਆ ਕਿਵੇਂ। ਜਿਹੜੀ ਚੋਲਾ ਸਾਹਿਬ ਪੁਲਿਸ ਸਟੇਸ਼ਨ ਨੂੰ ਉਹਨਾਂ ਦੇ SHO ਨੂੰ ਇੱਕ ਸਪੈਸੀਫਿਕ ਇਨਫੋਰਮੇਸ਼ਨ ਮਿਲੀ ਸੀ ਕੱਲ੍ਹ ਸ਼ਾਮ ਨੂੰ, ਜਿਹਦੇ ਉਪਰੰਤ ਇੱਕ ਨਾਕਾਬੰਦੀ ਕੀਤੀ ਗਈ ਸੀ ਅਤੇ ਉਹ ਜਦੋਂ ਹੀ ਪੁਲਿਸ ਨੇ ਇੱਕ ਦੋ ਗੱਡੀਆਂ ਸਾਈਡ 'ਤੇ ਬਰਾਬਰ ਲੱਗੀਆਂ ਅਤੇ ਉਹਨਾਂ ਦੇ ਵਿੱਚੋਂ ਇੱਕ ਪੈਕਟ ਐਕਸਚੇਂਜ ਹੋਇਆ ਤਾਂ ਪੁਲਿਸ ਨੇ ਉਹਨਾਂ ਨੂੰ ਫੋਲੋ ਕੀਤਾ ਤਾਂ ਅੱਗੇ ਇੱਕ ਪੁਲਿਸ ਵੱਲੋਂ SHO ਚੋਲਾ ਵੱਲੋਂ ਸਰਕਾਰੀ ਬਲੈਰੋ ਦੇ ਨਾਲ ਇੱਕ ਹਾਈਵੇ ਦੇ ਉੱਪਰ ਨਾਕਾ ਲਗਾਇਆ ਗਿਆ ਸੀ ਤਾਂ ਇਹ ਜਿਹੜੀ ਗੱਡੀ ਹੈ ਇਹ ਉਹਨਾਂ ਨਾਕੇ ਦੀ ਤੋੜ ਕੇ ਉਹਦੇ ਪਿੱਛੋਂ ਦੀ ਨਿਕਲ ਕੇ ਜਿਹੜੀ ਹੈਗੀ ਹੈ ਭਜਾ ਕੇ ਲੈ ਗਏ ਤਾਂ ਪੁਲਿਸ ਦੀਆਂ ਗੱਡੀਆਂ ਨੇ ਉਹਨਾਂ ਨੂੰ ਚੇਜ਼ ਕੀਤਾ। ਇੱਕ ਲਿੰਕ ਰੋਡ 'ਤੇ ਚਲੇ ਗਏ, ਲਿੰਕ ਰੋਡ 'ਤੇ ਜਾ ਕੇ ਪੁਲਿਸ ਦੀ ਗੱਡੀ ਨੇ ਜਦੋਂ ਸਾਈਡ 'ਤੇ ਬਰਾਬਰ ਆ ਕੇ ਉਹਨਾਂ ਨੂੰ ਰੋਕਣ ਲਈ ਇਸ਼ਾਰਾ ਕੀਤਾ ਅਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਗੱਡੀ ਸਾਈਡ 'ਤੇ ਗੱਡੀ ਨਾਲ ਗੱਡੀ ਹਿੱਟ ਕੀਤੀ ਜਿਹਦੇ ਨਾਲ ਪੁਲਿਸ ਦੀ ਪ੍ਰਾਈਵੇਟ ਗੱਡੀ ਜਿਹੜੀ ਹੈਗੀ ਹੈ ਸੜਕ ਤੋਂ ਉੱਤਰ ਗਈ, ਖਤਾਨ 'ਚ ਗਿਰ ਗਈ ਅਤੇ ਉਹਨਾਂ ਨੇ ਉੱਪਰੋਂ ਨਾਲ ਫਾਇਰਿੰਗ ਕੀਤੀ ਜਦੋਂ ਉਹਨਾਂ ਨੂੰ ਤਾਂ ਇਸ ਦੇ ਵਿੱਚ ਪੁਲਿਸ ਨੇ ਰਿਟਰਨ ਫਾਇਰ ਕੀਤਾ ਜਿਹਦੇ ਨਾਲ ਜਦੋਂ ਬਾਅਦ ਦੇ ਵਿੱਚ ਪਤਾ ਚੱਲਿਆ ਵੀ ਉਹਨਾਂ 'ਚੋਂ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਜਿਹਦਾ ਨਾਮ ਜੋਰਾ ਸਿੰਘ ਅਤੇ ਉਹਦੇ 'ਤੇ ਪਹਿਲਾਂ ਕ੍ਰਿਮੀਨਲ ਕੇਸ ਰਜਿਸਟਰਡ ਹੈ ਅਤੇ ਦੂਸਰਾ ਜਿਹੜਾ ਗ੍ਰਿਫਤਾਰ ਕੀਤਾ ਉਹਦਾ ਨਾਂ ਕੁਲਦੀਪ ਸਿੰਘ ਹੈ ਅਤੇ ਉਹਨੂੰ 10 ਸਾਲ ਦੀ ਪਹਿਲਾਂ ਕੈਦ ਹੋ ਚੁੱਕੀ ਹੈ, ਉਹ ਬੇਲ ਦੇ ਉੱਪਰ ਆਇਆ ਹੋਇਆ ਅਤੇ ਉਹਨਾਂ ਤੋਂ 1,70,000 ਡਰੱਗ ਮਨੀ ਇੱਕ ਵੈਪਨ ਪ੍ਰਾਪਤ ਹੋਇਆ, ਬਾਕੀ ਨਾਲ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ। ਤਰਨ ਤਾਰਨ ਤੋਂ ਜਸਪੀਰ ਸਿੰਘ ਲੱਡੂ ਦੀ ਰਿਪੋਰਟ, ਪੰਜਾਬ ਟੂਡੇ।